ਨਹੀਂ ਕੋਈ ਔਕਾਤ ਉਹ ਗਨਹਾਰ ਦੀ ਜੇ ਹੋ ਜਾਈ ਵੀ ਹਾਂ ਮੈਂ ਹਾਂ ਸਰਕਾਰ ਦੀ ਮੈਂ ਇੱਕ ਕੱਖ ਸਾਂ ਕੱਖਾਂ ਤੋਂ ਬਹੁਤ ਹੋਲਾ ਮੈਂ ਇੱਕ ਕੱਖ ਸਾਂ ਕੱਖਾਂ ਤੋਂ ਬਹੁਤ ਹੋਲਾ ਤੇਰੇ ਕਰਮ ਸਾਈਆਂ ਮੈਨੂੰ ਲੱਖ ਕੀਤਾ ਤੂੰ ਲੱਖ ਕੀਤਾ ਮੈਂ ਲੱਖ ਬਣ ਕੇ ਤੇਰੇ ਵਾਸਤੇ ਕਦੀ ਨਾ ਕੱਖ ਕੀਤਾ ਵੱਡੇ ਜਿਗਰੇ ਵਾਲੇ ਆ ਸਾਈਆਂ ਫੇਰ ਵੀ ਤੂੰ ਨਹੀਂ ਆਪਣੇ ਕਰਮ ਤੋਂ ਕਦੀ ਵੀ ਮੈਨੂੰ ਵੱਖ ਕੀਤਾ ਕਰਦਾ ਇੰਜ ਸਰਦਾਰ ਕੋਈ ਵੇਖਿਆ ਨਹੀਂ ਜਿਵੇਂ ਤੂੰ ਗਰੀਬਾਂ ਦਾ ਪੱਖ ਕੀਤਾ ਕਰਦਾ ਇੰਜ ਸਰਦਾਰ ਕੋਈ ਵੇਖਿਆ ਨਹੀਂ ਜਿਵੇਂ ਤੂੰ ਗਰੀਬਾਂ ਦਾ ਪੱਖ ਕੀਤਾ ਬੜੇ ਖੂਬਸੂਰਤ ਅੰਦਾਜ਼ ਮੇ ਆਵਾਜ਼ ਮੇ ਭਾਈ ਮੁਹੰਮਦ ਮੁਮਤਾਜ਼ ਕਲੰਦਰੀ ਸਾਹਿਬ ਬਾਰਗਾਹ ਰਿਸਾਲਤ ਮਾਮ ਮੇ ਆਪਣੀ ਹਾਜ਼ਰੀ ਵਿੱਚ ਜਮਾ ਰਹੇ ਥੇ ਦੁਆ ਗੋ ਹੂੰ ਕਿ ਅੱਲਾਹ ਤਾਲਾ ਇਨਕੇ ਜ਼ੌਕ ਮੇ ਇਨਕੇ ਸ਼ੌਕ ਮੇ ਇਨਕੇ ਸੋਜ਼ ਅੰਦਾਜ਼ ਮੇ ਆਵਾਜ਼ ਮੇ ਮਜ਼ੀਦ ਬਰਕਤੇ ਅਤਾ ਫਰਮਾਏ ਔਰ ਇਸ ਇਤਨਾ ਕੇ ਸਾਥ ਮੈਂ ਮੁਲਤਵੀ ਹੂੰ ਭਾਈ ਮੁਹੰਮਦ ਅਲੀ ਹਮਜ਼ਾ ਮਹਿਮੂਦ ਸਾਹਿਬ ਸੇ ਕਿ ਸੁਬਹ ਚਲਤਾ ਹੈ ਸ਼ਾਮ ਚਲਤਾ ਹੈ ਮੇਰੀ ਜ਼ਿੰਦਗੀ ਕਾ ਹਰ ਇੱਕ ਕਾਮ ਚਲਤਾ ਹੈ ਅਰੇ ਸੁਬਹ ਚਲਤਾ ਹੈ ਸ਼ਾਮ ਚਲਤਾ ਹੈ ਮੇਰੀ ਜ਼ਿੰਦਗੀ ਕਾ ਹਰ ਇੱਕ ਕਾਮ ਚਲਤਾ ਹੈ ਰਹੀ ਬਾਤ ਅਗਰ ਰੋਜ਼ੇ ਮਾਸ਼ਰ ਕੀ ਤੋ ਵਹਾਂ ਪਰ ਮੇਰੇ ਮੁਹੰਮਦ ਕਾ ਨਾਮ ਚਲਤਾ ਹੈ ਰਹੀ ਬਾਤ ਅਗਰ ਰੋਜ਼ੇ ਮਾਸ਼ਰ ਕੀ ਤੋ ਵਹਾਂ ਪਰ ਮੇਰੇ ਮੁਹੰਮਦ ਕਾ ਨਾਮ ਚਲਤਾ ਹੈ ਔਰ ਕਹਿ ਰਹਾ ਹੂੰ ਸ਼ੋਕੇ ਦਰੂਦੋ ਸਲਾਮ ਅੱਛਾ ਹੈ ਸ਼ੋਕੇ ਦਰੂਦੋ ਸਲਾਮ ਅੱਛਾ ਹੈ ਬਾਦ ਮੇਰੇ ਮੌਲਾ ਕੇ ਮੇਰੇ ਮੁਹੰਮਦ ਕਾ ਨਾਮ ਅੱਛਾ ਹੈ ਤੱਕੇ ਹੂਰੇ ਬਿਲਾਲ ਪਾਕ ਕੋ ਬੋਲੀ ਅਰੇ ਸ਼ਾਹੋਂ ਸੇ ਮੁਹੰਮਦ ਕਾ ਗੁਲਾਮ ਅੱਛਾ ਹੈ ਤੱਕੇ ਹੂਰੇ ਬਿਲਾਲ ਪਾਕ ਕੋ ਬੋਲੀ ਕਿ ਸ਼ਾਹੋਂ ਸੇ ਮੁਹੰਮਦ ਕਾ ਗੁਲਾਮ ਅੱਛਾ ਹੈ ਮੈਂ ਮੁਲਤਵੀ ਹੂੰ ਬੜੇ ਅਦਬ ਕੇ ਸਾਥ ਕਿ ਭਾਈ ਮੁਹੰਮਦ ਅਲੀ ਹਮਜ਼ਾ ਮਹਿਮੂਦ ਸਾਹਿਬ ਸੇ ਕਿ ਆਪ ਆਏ ਹੋ ਬਾਰ ਬਾਰ ਇਨਸ਼ਾ ਅੱਲਾਹ ਮੇ ਹਮੇ ਆਪ ਕੀ ਖਿਦਮਤ ਯਾਸੀਨ ਕਈਆ 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 ਮੁਜ਼ੰਮਿਲ ਉਦਾਸ ਤਾ ਯਾਸੀਨ ਕਈਆ 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 ਮੁਜ਼ੰਮਿਲ ਉਦਾਸ ਤਾ ਲਿਖਿਆ ਖੁਦਾ ਨੇ
سناواں۔ میرے نبی کی شان اتنی ہے، جب سرکار معراج پہ پہنچے شاعر نے نقشہ کھینچا، بڑے خوبصورت انداز میں لکھا کہ میرے نبی کو ونجی آنکھ جا کے ایک بار مل پو عرشاں تے آ کے، میرے نبی کو ونجی آنکھ جا کے ایک بار مل پو عرشاں تے آ کے، جی آنکھ دائے کلیاں بٹھا کے، تکدا رواں میں چہرہ نبی دا آ میں سناواں، سہرا نبی دا آ میں سناواں، او جنت تو سونا او میرا نبی دا آ میں سناواں، سہرا نبی دا آ میں سناواں، سبحان اللہ، آ میں سناواں سہرا نبی دا، آ میں سناواں سہرا نبی دا۔ بڑے خوبصورت انداز میں، آواز میں الحمدللہ سرکار کی مدح سرائی پیش فرما رہے تھے برادرم علی حمزہ محمود صاحب۔ دعا گو ہوں کہ اللہ تعالیٰ ان کے ذوق میں، ان کے شوق میں مزید برکتیں عطا فرمائے، اور اسی طرح ان کو مزید ترقیاں عطا فرمائے۔ اس سنا کے ساتھ، ہو جائے جس گدا پر عنایت رسول کی، ہو جائے جس گدا پر ارے عنایت رسول کی، پھر سر چڑھ کے بولتی ہے محبت رسول کی، ہو جائے جس گدا پر ارے عنایت رسول کی، سر چڑھ کے بولتی ہے محبت رسول کی، ارے ماؤں کی جھولیوں میں بیٹے ہوئے عطا، یوں رب نے منائی ہے ولادت رسول کی، ماؤں کی جھولیوں میں بیٹے ہوئے عطا، یوں رب نے منائی ہے ولادت رسول کی۔